ਜਦੋਂ ਅਕਾਲੀ ਦਲ ਦੇ ਸਾਬਕਾ ਆਗੂ ਤੇ ਸਾਬਕਾ ਵਿਧਾਇਕ ਕੈਪਟਨ ਬਲਬੀਰ ਸਿੰਘ ਬਾਠ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ। ਉਹਨਾਂ ਨੂੰ ਖੁਦ ਮੁੱਖ ਮੰਤਰੀ ਬਾਦਲ ਨੇ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਕੈਪਟਨ ਬਾਠ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਦੋਗਲੀਆਂ ਕਹਿ ਰਹੇ ਨੇ। ਢੋਲ ਸਾਹਮਣੇ ਕਹਾਵਤ ਹੈ ਪੰਜਾਬ ਦੀ ਬਹੁਤ ਪੁਰਾਣੀ, ਜਿੰਨਾ ਚਿਰ ਕਿਸੇ ਨਾਲ ਮਿਲੀਏ ਨਾ ਵਰਤੀਏ ਨਾ ਪਤਾ ਨਹੀਂ ਲੱਗਦਾ। ਆ ਪਾਰਟੀ ਮੈਨੂੰ ਚੰਗੀ ਲੱਗੀ ਵੀ ਆਪਣੇ ਖੜਕਾ ਦੜਕਾ ਕਰਨੀ, ਕਰਪਸ਼ਨ ਦੇ ਖਿਲਾਫ ਡੇ ਨੇ ਲੜਨ। ਜਦ ਨੇੜੇ ਹੋ ਕੇ ਵੇਖਿਆ ਤਾਂ ਆਲ ਓਵ ਅ ਸਡਨ ਇੰਝ ਲੱਗਾ ਹੈ ਜਿਵੇਂ ਇਹ ਸਾਰੇ ਪੰਥ ਵਿਰੋਧੀ ਨੇ। ਸਭ ਤੋਂ ਜਿਹੜੀ ਮਾੜੀ ਗੱਲ ਇਹ ਲੱਗੀ, ਇਹ ਪੰਥ ਵਿਰੋਧੀ ਨੇ, ਇਹ ਪੰਜਾਬ ਵਿਰੋਧੀ ਨੇ, ਇਹ ਆਟੋਕਰੈਟਿਕ ਨੇ, ਇਹ ਤਾਨਾਸ਼ਾਹ ਲੋਕ ਨੇ। ਅਤੇ ਤਾਨਾਸ਼ਾਹ ਦੇ ਖਿਲਾਫ ਸਾਡੇ ਆਪਣੇ ਮੇਰੀ ਜ਼ਮੀਰ ਇਜਾਜ਼ਤ ਨੇ ਦਿੱਤੀ ਕਿ ਮੈਂ ਤਾਨਾਸ਼ਾਹ ਲੋਕਾਂ ਨਾਲ ਜਾ ਜੁੜਾਂ। ਅਮਨ ਸ਼ਾਂਤੀ ਭਾਈਚਾਰਕ ਸਾਂਝ, ਦੂਸਰਾ ਡਿਵੈਲਪਮੈਂਟ। ਹੋਰ ਮੁੱਦੇ ਵੀ ਹੁੰਦੇ ਹਨ ਪਰ ਇਹਨਾਂ ਦੋਵਾਂ ਗੱਲਾਂ 'ਚ ਸਾਰੀਆਂ ਗੱਲਾਂ ਹੀ ਆ ਜਾਂਦੀਆਂ। ਡਿਵੈਲਪਮੈਂਟ 'ਚ ਵੀ ਸਾਰੀਆਂ ਗੱਲਾਂ ਆ ਜਾਂਦੀਆਂ। ਔਰ ਸਾਡੀ ਜਿਹੜੀ ਪਾਰਟੀ ਨਾਲ ਸਾਡੀ ਲੜਾਈ ਹੈ ਉਹ ਐਂਟੀ ਪੰਜਾਬ ਹੈ। ਉਹ ਦੋਵੇਂ ਪਾਰਟੀਆਂ, ਸਭ ਤੋਂ ਸਾਡਾ ਵੱਡਾ ਮੁੱਦਾ ਅਤੇ ਸਾਡੀ ਖੁਸ਼ਹਾਲੀ ਉਹ ਪਾਣੀ 'ਤੇ ਹੈ। ਅੱਜ ਜੇ ਕੋਈ ਵੀ ਰੱਜ ਕੇ ਰੋਟੀ ਖਾ ਰਿਹਾ ਤਾਂ ਪਾਣੀ ਦੇ ਸਿਰ 'ਤੇ ਖਾ ਲਿਆ, ਕਿਉਂਕਿ ਪਾਣੀ ਨਾਲ ਖੇਤੀ ਹੁੰਦੀ ਹੈ ਅਤੇ ਖੇਤੀ 'ਤੇ ਹੀ ਸਾਰਾ ਨਿਰਭਰ ਹੈ। ਜਿਸ ਪਾਰਟੀ 'ਚ ਉਹ ਗਏ ਸੀ ਆਮ ਆਦਮੀ ਪਾਰਟੀ 'ਚ, ਆਪ 'ਚ ਉਹ ਇਹ ਸੋਚ ਨਾਲ ਗਏ ਸੀ ਕਿ ਸ਼ਾਇਦ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ, ਹੋਰ ਜਿਹੜੀ ਸਮਾਜਿਕ ਬੁਰਾਈਆਂ ਨੇ ਉਹਦੇ ਖਿਲਾਫ ਅਤੇ ਕੋਈ ਅਸੂਲਣ ਦੀ ਰਾਜਨੀਤੀ ਹੋਊਗੀ। ਮਗਰ ਉੱਥੇ ਜਾਂਦੇ ਸਰ ਕਹਿੰਦੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ ਜਦੋਂ ਪੈਸੇ ਦੇ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਅਤੇ ਸੁਭਾਵਿਕ ਹੈ ਕੱਲ੍ਹ ਕੋਈ ਕੰਮ ਕਰਾਉਣ ਜਾਊਗਾ ਅਤੇ MLA ਨੇ ਤਾਂ ਪਹਿਲਾਂ ਕਹਿਣਾ ਮੇਰਾ ਹੱਕ ਇੱਥੇ ਰੱਖ ਜੇ DC ਨੂੰ ਫੋਨ ਕਰਾਉਣਾ। ਸੋ ਐਡੀ ਵੱਡੇ ਪੱਧਰ 'ਤੇ ਬੇਈਮਾਨੀ।